अस्सलाम वालेकुम नाज़रीन, मैं सज्जाद जानी, तुसी देख रहे हैं सज्जाद जानी ऑफिशियल। नाज़रीन आज इस प्रोग्राम में मेरे नाल जिहड़े करैक्टर ने दो गवाहकार जिहड़े बंदे गवाह करदे ने, बेचारे ने पहला गवाह किया तो वह भी मस्त अगवा हो गया, इन्हां कोलों कि सही बंदा भी नहीं अगवा होया। तो उन्होंने नाल सोनी साहब जिहड़े मेरा साथ देणगे, ए मस्त है गवाह किया, कहिंदे 6 महीने हो गए गवाह किते नूं, तो 6 महीने दे विच मेरा हाल उन्हां दा कोई 3 लाख रुपया तो वैसे खा पी गया वो, तो अगों ना उन्होंने कोई लैण आउंदे आ तो ना गल तो ना बात, तो हाल देखो इन्हां दा बेचारिया दा। तो साढ़े नाल सोनी साहब मेरे नाल जरा इस मसले को सुलझाने की कोशिश करते। भैन तुहाडा की प्रॉब्लम आ? भाजी की दसीए, ओ आ असीं अगवा कर बैठे, कित्थे आ, किहड़ी साइड ते आ? पाली साइड ते, पाली साइड ते आ जी, इत्थे करके बैठा एक अगवा कर, उहने मेरा वेखो खुन्ना सजाता। अच्छा ते उरली आ के ते ठीक है ना, तू ते इंज करदा वे दोवें अन्ना तो। नहीं नहीं भाजी, मेरी इधरली या ते तू दोवां ते मेकअप कर लैंदा फेस, सानू समझ नहीं आंदी गल। भाई ना अद्धी खराब हो गई है वी, इहने हूरा ही इस किस्म दा, आ वाला हूरा मारिया जिहड़ा अंगूठा कढ के मार दे। अच्छा ओ एंजला? हां जी ओ वाला अंगूठा मारिया इहने मेरे, इहदा नूं असीं फड़ बैठे जी, अगवा कर बैठे आ। एक मेहंदी ते असी गए, असी वेख्या गड्डी दे विचो सोहनी वड्डी गड्डी लैमोजीन चो निकलिया, ओए असी क्या, मैं क्या शीफिया ओ इहनू अगवा करिए लै चलीए, 5 लाख रुपया मंगांगे, ओ इहनू अगवा कर बैठे, साढ़े गल पै गए भाजी तुसी कित्थे हो। हाँ जी इहनू अगवा कर बैठे भाजी, 5 लाख रुपया दे को मंगिया, साढ़ा 6 लाख, 6.5 लाख रुपया दे ते लग गया जी। क्यों जी? ए इन्ना भाजी खांदा वा, ਇਹ ਸਾਡੇ ਹਰ ਸ਼ੈ ਖਾ ਗਿਆ ਭਾਜੀ, ਆਹ ਵੇਖੋ ਸਾਡੇ। ਨਹੀਂ ਤੈਨੂੰ ਲੈਣ ਕੋਈ ਨਹੀਂ ਆਇਆ? ਲੈਣ ਕਿੰਨੇ ਆਉਣਾ, ਉਹ ਜਿੱਥੇ ਹੈ ਸੀ ਉਹ ਜਿਹੜਾ ਇਹਦਾ ਘਰ ਸੀ ਉਹ ਘਰ ਛੱਡ ਕੇ ਇਹਦੇ ਘਰ ਦੇ ਚਲੇ ਗਏ। ਨਹੀਂ ਤੂੰ ਲੈਮੋਜ਼ੀਨ 'ਚੋਂ ਜਿਹੜਾ ਉਤਰਿਆ ਸੀ ਇਹ, ਉਹ ਭਾਜੀ ਇਹ ਲੈਮੋਜ਼ੀਨ 'ਚ ਨਿਕਲਿਆ ਸੀ, ਇਹ ਕੰਮ ਵਾਲੀ ਦਾ ਮੁੰਡਾ ਨਿਕਲਿਆ। ਹੁਣ ਤੁਸੀਂ ਇਹਦੇ ਨਾਲ ਹੁੰਦੇ ਆ ਜੀ? ਮੈਂ ਨਾਲ ਆ, ਮੇਰੇ ਕੋਲ ਮਾਜ਼ਰਤ ਮਾਫ਼ੀ ਚਾਹੁੰਦਾ, ਮੈਂ ਤਾਂ ਨਾਲ ਇਹਦਾ ਸਾਥ ਦੇਣ ਦਿਆਂ ਵਾਂ। ਇਹ ਡਾਕੂ ਡੂਕੂ ਕੋਈ ਨਹੀਂ, ਪਲੰਬਰੀ ਦਾ ਕੰਮ ਕਰਦਾ ਸੀਗਾ, ਉਸਤਾਦ ਨੇ ਠੁੱਡੇ ਮਾਰ ਕੇ ਕੱਢਿਆ ਦੁਕਾਨ ਤੋਂ। ਨਹੀਂ ਤਾਂ ਤੂੰ ਉਹਦੇ ਨਾਲ ਅਗਵਾ ਕੀਤਾ ਬੱਚੇ ਨੂੰ। ਬਸ ਮੇਰੇ ਕੋਲ ਗਲਤੀ ਹੋ ਗਈ, ਇਹਨੂੰ ਮੈਂ ਕਿਹਾ ਨਾ ਹੱਥ ਪਾ, ਨਾ ਹੱਥ ਪਾ, ਪਹਿਲਾਂ ਤੂੰ ਕੋਈ ਕੋਰਸ ਕੋਰਸ ਕਰ ਲਾ, ਕੋਈ ਡਕੇਟੀਆਂ ਡਕੂਟੀਆਂ ਸਿੱਖ ਲਾ, ਕੋਈ ਅਗਵਾਕਾਰੀ ਸਿੱਖ ਲਾ, 6 ਮਹੀਨੇ ਕਿਸੇ ਚੰਗੇ ਡਾਕੂ ਕੋਲ ਲਾ ਲਾ, ਬੇਅਸਤਾਦ ਦਾ ਕੰਮ ਫਿਰ ਇਹੀ ਕੁਛ ਹੋਣਾ ਵਾ। ਉਹ ਹਾਕੂ ਡਾਕੂ ਮਰ ਗਿਆ, ਹੁਣ ਮੈਂ ਸ਼ਗਿਰਦੀ ਉਹਦੀ ਕਰਨੀ ਸੀ, ਉਹ ਮਰ ਗਿਆ, ਮੈਂ ਕੀ ਕਰਦਾ। ਚੱਲਿਆ ਲੱਭ ਕੇ ਦੇਖ, ਬਹੁਤ ਡਾਕੂ ਤੁਰੇ ਫਿਰਦੇ ਆ। ਸਹੀ ਗੱਲ ਆ। ਹਾਂਜੀ ਸਾਈਂ ਜੀ, ਭਾਈ ਜਾਨ क्या बात है अज टकिया बात है, क्या बात है अज टकिया बात है, आया मजे आ गए पाए, मजे आ गए इत्थे आ के गवाह हो के। साईं जी तुहानू अपने घर घुर दा पता, कि किस पिछले नू पता भी तुसी गवाह होए आ? नहीं क्यों, उन्हां नू क्यों पता, गवाह ते मैं होए आ। नहीं ਉਹਨਾਂ ਨੂੰ ਕੋਈ ਫਿਕਰ ਫਾਕਾ ਨਹੀਂ ਵੀ ਸਾਡਾ ਇਹਦੇ ਘਰਦਿਆਂ ਨੂੰ ਦੱਸਿਆ? ਭਾਪਾ ਜੀ ਅਸੀਂ ਫੋਨ ਕੀਤਾ, ਉਹ ਕਹਿੰਦਾ ਸਾਡਾ ਹੈ ਹੀ ਨਹੀਂ, ਲਾਇਓ ਜਿੱਥੇ ਦਿਲ ਕਰਦਾ। ਇਹਨਾਂ ਨੇ ਕਿੱਥੇ ਫੋਨ ਕਰਨਾ ਸੀ ਭਾਈ ਨੂੰ, ਮੈਂ ਫੋਨ ਕੀਤਾ ਉਹਨਾਂ ਨੂੰ, ਫਿਰ ਇਹ ਘਰ ਸਾਰੇ ਘਰ ਨਹੀਂ ਸੀ ਹੈਗੇ, ਮੈਂ ਜਾ ਕੇ PCO ਤੋਂ ਚੁੱਪ ਕਰਕੇ ਫੋਨ ਕੀਤਾ ਬਿਨ। ਕੀ ਕਹਿੰਦਾ? ਮੈਂ ਕਿਹਾ ਅੱਬਾ ਤੈਨੂੰ ਮੁਬਾਰਕ ਹੋਵੇ, ਮੈਂ ਗਵਾਹ ਹੋ ਗਿਆ ਤੇਰਾ। ਜਾਨੀ ਸਾਹਿਬ ਜਿਹੜੀ ਗੱਲ ਚੋਂ ਤਖਤੀ ਜੀ ਪਾਈ ਹੁੰਦੀ ਹੈ, ਜਿਹੜੀ ਮਸਤਾਂ ਦੀ ਨੰਬਰ ਪਲੇਟ ਹੁੰਦੀ ਆ, ਉਹਦੇ ਤੇ ਪਹਿਲੇ ਇਹਦਾ ਐਡਰੈਸ ਲਿਖਿਆ ਸੀਗਾ, ਇਹਨੇ ਸਾਰਾ ਐਡਰੈਸ ਮਟਵਾ ਕੇ ਸਿਰਫ ਲਿਖਤਾ ਕਿ ਮੈਂ ਯਹੀਂ ਕਾ ਹੂੰ, ਬਸ। ਜਾਨੀ ਸਾਹਿਬ ਬੰਦੇ ਹੈਗੇ ਲਾਲਚੀ, ਇਹਨਾਂ ਨੂੰ ਕੁੱਟ ਸਹੀ ਪੈਂਦੀ ਇਹਨਾਂ ਦੇ ਕੋਲ। ਇਹ ਕੁੱਟਿਆ ਵੀ ਤਾਂ ਇਹਨੇ, ਕੁੱਟਿਆ ਇਹਨਾਂ ਨੇ, ਕੁੱਟ ਇਹਨੇ ਕੁੱਟਿਆ ਰਾਤੀ, ਕੁੱਟਿਆ। ਕਿਹੜੀ ਗੱਲੋਂ ਕੁੱਟਿਆ ਇਹਨਾਂ ਨੂੰ? ਭਾਈ ਮੈਂ ਸੁੱਤਾ ਸੀ, ਇਹਨਾਂ ਨੂੰ ਪਤਾ ਬੰਦਾ ਗਵਾਹ ਕੀਤਾ ਹੋਵੇ ਤਾਂ ਉਹਦੀ ਨੀਂਦ ਨਹੀਂ ਖਰਾਬ ਕਰੀ ਦੀ। ਕੋਈ ਮੈਂ ਕਿੱਕਾਂ ਮਾਰੀਆਂ ਜੈਕੀ ਚੰਨ ਵਾਲੀਆਂ, ਸ਼ਾ ਕਿਚਾ ਡਾਕੂ ਨਾ ਗਵਾਹ ਕਰ। ਉਹ ਤਾਂ ਫੇਰੀ ਲਾਉਂਦਾ ਹੁੰਦਾ ਸੀਗਾ, ਪੌਣੇ ਵੇਚਦਾ ਸੀਗਾ ਪਿੰਡਾਂ ਦੇ ਵਿੱਚ, ਤੇ ਐਵੇਂ ਡਾਕੂ ਬਣ ਗਿਆ। ਯਾਰ ਪਹਿਲੇ ਤਾਂ ਤੂੰ ਇਹ ਦੱਸ ਰਿਹਾ ਵੀ ਤੂੰ ਜਿਹੜਾ ਨਾਲ ਬੰਦਾ ਰੱਖਿਆ ਉਹ ਹੀ ਤੇਰਾ ਨਹੀਂ ਸਹੀ ਸਾਥ ਦੇਣ ਦਿਆ? ਹਾਂਜੀ, ਕਿਉਂਕਿ ਉਹਨੂੰ ਪਤਾ ਵਾ ਹੁਣ ਲੱਭਣਾ ਕੱਖ ਨਹੀਂ, ਮੈਂ ਇਕੱਲਾ ਫਸੀ। ਕਿੰਨੇ ਪੈਸੇ ਮੰਗੇ ਸੀ? 5.5 ਲੱਖ ਮੰਗਿਆ ਸੀ, 6.5 ਸਾਡਾ ਲੱਗ ਗਿਆ ਇਹਦੇ ਤੇ। ਤੈਨੂੰ ਯਾਦ ਨਹੀਂ ਆਉਂਦੀ ਆਪਣੇ ਮਾਂ ਪਿਓ ਦੀ? ਨਹੀਂ ਮੈਨੂੰ ਨਹੀਂ ਯਾਦ ਆਉਂਦੀ। ਤੈਨੂੰ ਫੋਨ, ਤੈਨੂੰ ਦਿਲ ਨਹੀਂ ਕਰਦਾ ਵਾਪਸ ਜਾਣ ਨੂੰ? ਨਹੀਂ। ਤੈਨੂੰ ਪਤਾ ਤੈਨੂੰ ਉਹਨਾਂ ਨੇ ਤੇਰੇ ਮਾਂ ਘਰਦਿਆਂ ਕੋਲ 5 ਲੱਖ ਰੁਪਇਆ ਮੰਗਿਆ? ਤੂੰ ਮੰਗਿਆ ਗਾ ਵੀ ਉਹਨਾਂ ਨੇ ਕਿਹੜਾ ਦੇਣਾ? ਹਾਂ ਅਸੀਂ ਦੇਣਾ ਇਹਨਾਂ ਦਾ, ਮੈਂ ਹੁਣ ਇੱਥੇ ਸੈੱਟ ਹੋ ਗਿਆ, ਮੈਂ ਨਹੀਂ ਜਾਣਾ। ਉਹ ਮਰੇ ਸੈੱਟ ਹੋ ਗਿਆ, ਤੈਨੂੰ ਐਡਾ ਇੱਥੇ ਕਿਤੇ ਅਪਾਰਟਮੈਂਟ ਲੈ ਕੇ ਦਿੱਤਾ, ਤੈਨੂੰ ਸੈੱਟ ਹੋ ਗਿਆ ਤੂੰ। ਜਦੋਂ ਇਹਨਾਂ ਨੇ ਗਵਾਹ ਮੈਨੂੰ ਕੀਤਾ ਸੀ ਨਾ, ਇੱਕ ਲੈਮੋਜ਼ੀਨ ਗੱਡੀ ਰੁਕੀ ਸੀ ਲਾੜੇ ਦੀ, ਮੈਂ ਉਹਦੇ ਚੋਂ ਤੇ ਨਿਕਲੇ ਹੀ ਨਹੀਂ ਸੀ, ਉਹਦੇ ਪਿੱਛੇ ਸੀ ਡਾਂਸਰਾਂ ਲਈ, ਮੈਂ ਤੇ ਡਾਂਸਰਾਂ ਦੇ ਨਾਲ ਆਇਆ ਸੀ। ਮੈਨੂੰ ਤੇ ਇੱਦਾਂ ਲੱਗਦਾ ਸੀ ਜਦੋਂ ਗਵਾਹ ਕੀਤਾ ਵਾ ਨਾ, ਤੇ ਕੋਈ ਪਰਚਾ ਲਿਖਾਇਆ ਵਾ ਜਿਹਦੇ ਵਿੱਚ ਵਾਪਸੀ ਵਾਲਾ ਲਿਖਿਆ, ਗੋਡੀ ਨਹੀਂ ਲਾਇਆ ਸੀ।
ਤੂੰ ਡਾਂਸਰ ਵਾਲਾ ਮੁੰਡਾ ਵਾ? ਮੈਂ ਡਾਂਸਰ ਡਾਂਸ ਵੀ ਕਰ ਮੈਨੂੰ ਸਟੈਪ ਵੀ ਆਉਂਦੇ ਆ। ਓਏ ਤੁਸੀਂ ਗਲਤ ਚੁੱਕ ਲਿਆ, ਜਦੋਂ ਤੁਹਾਨੂੰ ਪਤਾ ਸੀ ਗਲਤ ਬੰਦਾ ਫੜ ਲਿਆ ਛੱਡ ਦਿੰਦੇ ਉਹਨੂੰ। ਉਹ ਕਿਹੜਾ ਗਲਤ ਚੁੱਕ ਲਿਆ, ਅਸੀਂ ਸਹੀ ਸਮਝਿਆ ਸੀ ਭਾਜੀ, ਰਾਹ ਸਾਰੇ ਨਹੀਂ ਬੋਲਿਆ। ਇਹ ਜਦੋਂ ਥੱਲੇ ਗੱਡੀ ਤੇ ਲਾਇਆ ਨਾ ਮੈਨੂੰ ਆਉਂਦਿਆਂ ਕਹਿੰਦਾ ਮੈਂ ਆਈਸਕ੍ਰੀਮ ਖਾਣੀ ਆ, ਉਦੋਂ ਮੈਨੂੰ ਪਤਾ ਲੱਗਾ ਇਹ ਤੇ ਮਸਤ ਆ। ਆਈਸਕ੍ਰੀਮ ਵੀ ਭਾਵੇਂ ਸਸਤੀ ਖਾਂਦੇ, ਜਦੋਂ ਦਾ ਮੈਂ ਆਇਆ ਉਦੋਂ ਦੀ ਚਾਗੀ ਆ ਲਿਆ ਤੋਂ ਖਾਣ ਲੱਗੇ ਅੱਛੀ ਆਈਸਕ੍ਰੀਮ। ਇਹਨੂੰ ਡਰ ਵੀ ਨਹੀਂ ਜੇ ਲੱਗਦਾ ਭਾਜੀ, ਇਹਨੂੰ ਡਰ ਵੀ ਨਹੀਂ ਲੱਗਦਾ ਕਿਸੇ ਸ਼ਾਇਦ ਤੋਂ। ਤੈਨੂੰ ਤਾਂ ਬਹੁਤ ਡਰ ਲੱਗਦਾ ਹਨਾ ਜਾਨੀ ਸਾਹਿਬ, ਇਹ ਤਾਂ ਹੈ ਹੀ ਮਸਤ ਟੈਪ, ਜੈਨੂਅਨ ਕੋਈ ਡਾਕੂ ਨਹੀਂ। ਕੌਣ ਆ ਡਾਕੂ? ਯਾਰ ਤੂੰ ਪਹਿਲੇ ਦੱਸ ਵੀ ਤੂੰ ਉਹਦੇ ਨਾਲ ਆ, ਉਹਦੇ ਨਾਲ ਆ ਮਰੇ, ਤੂੰ ਲਹਿਦੇ ਵਿੱਚ ਉਹਦੇ ਖਿਲਾਫ ਹੋਇਆ ਆਪਣੇ ਦੇ ਬੰਦੇ ਦੇ। ਮੇਰੀ ਗੱਲ ਸੁਣੋ, ਹਲੇ ਗੱਲ ਰੌਲੇ 'ਚ ਹੀ ਆ, ਕਹੂ ਗੱਲ ਨਿਬੜਦੀ ਆ ਨਾ ਫਿਰ ਮੈਂ ਤੁਹਾਨੂੰ ਨਹੀਂ, ਤੂੰ ਉਹਦੇ ਨਾਲ ਤੂੰ ਕੰਮ ਕਿਉਂ ਨਹੀਂ ਕਰਦਾ, ਤੂੰ ਛੱਡ ਕੇ ਚਲਾ ਜਾ। ਜੇ ਤੈਨੂੰ ਐਡੀ ਉਹਦੀ ਤਕਲੀਫ ਆ, ਤੂੰ ਉਹਦੇ ਨਾਲ ਵੀ ਆ ਔਰ ਕੀੜੇ ਵੀ ਪਾਈ ਜਾਂਦਾ, ਛੱਡ ਕੇ ਚਲਾ ਜਾਨੂੰ। ਕੀੜੇ ਮੈਂ ਨਜਾਇਜ਼ ਨਹੀਂ ਪਾਉਣ ਡਿਆ, ਇਹਨੂੰ ਇੱਕ ਵਾਰੀ ਅਸੀਂ ਰੋਡ 'ਤੇ ਰਾਤ ਨੂੰ ਖਲੋਤੇ ਆ 3 ਵਜੇ, ਬੱਸ ਆਉਣ ਡਈ ਆ, ਮੈਂ ਕਿਹਾ ਬੱਸ ਲੁੱਟਣੀ ਆ ਉਸਤਾਦ, ਅਤੇ ਬੱਸ ਦੇ ਵਿੱਚ ਚੜਿਆ ਨੇ ਦੇਖਿਆ ਕਿ ਮਾਈ ਦੇ ਕੋਲ ਵਾਹਵਾ ਭਰਮਾ ਛਾਪਰ ਆ, ਇੰਝ ਕਰਕੇ ਨੇ ਛਾਪਰ ਖਿੱਚਿਆ ਵਾ ਅਤੇ ਸਾਰੀ ਉਲਟੀ ਪੂਰੀ ਬੱਸ 'ਤੇ ਖਿਲਰ ਗਈ, ਉਲਟੀ ਵਾਲਾ ਛਾਪਰ ਖਿੱਚਣ ਡਿਆ। ਤੂੰ ਇਹੋ ਜਿਹੀਆਂ ਗੱਲਾਂ ਠਹਿਰ ਜਾ ਆ ਲੈ ਤੋਣੀ ਸਾਹਿਬ ਕੀ ਕਰੀਏ ਇਹਨਾਂ ਦਾ? ਸਰ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਜਾਨੀ ਸਾਹਿਬ। ਉਹ ਤਾਂ ਮਿਲਣ ਦਾ ਹੀ ਨਾਂ ਰੱਖਿਆ ਉਹਨਾਂ ਨੇ। ਇਹਨਾਂ ਨੇ ਲਾਲਚ ਕੀਤੀ ਕਿਉਂਕਿ ਗੱਲਾਂ ਕਰਦੇ ਹੁੰਦੇ ਸੀ, ਮੈਂ ਇਹਨਾਂ ਦੀਆਂ ਸੁਣਦਾ ਸੀ, ਇਹਨਾਂ ਨੇ ਕਿਤੇ ਟੀਵੀ 'ਚ ਦੇਖ ਲਿਆ ਵੀ ਅਗਵਾਹ ਕਰੀਏ 20-25 ਲੱਖ ਰੁਪਈਆ ਲੱਭ ਜਾਂਦਾ, ਅਤੇ ਹੁਣ ਗਏ ਆ ਫਸ, ਇਹਨੂੰ ਉਹਨਾਂ ਨੇ ਕਰ ਲਿਆ ਅਗਵਾਹ, ਅਤੇ ਹੁਣ ਇਹਨਾਂ ਦਾ ਹਾਲ ਉਹ ਹੋਣਾ ਚਾਹੀਦਾ ਕਿ ਸਾਰਾ ਜ਼ਮਾਨਾ ਦੇਖੇ ਇਹ ਗਾਂ ਤੋਂ ਇੱਦਾਂ ਦਾ ਕੰਮ ਨਾ ਕਰਨੇ। ਸਾਹਿਬ ਬਹਾਦਰ ਹੈ ਬੰਦਾ ਜਿਹੜਾ ਹੈ ਮਸਤ ਫੜਿਆ, ਸਾਨੂੰ ਗੱਲ ਗੱਲ 'ਤੇ ਮਾਰਦਾ। ਸਾਨੂੰ ਮਾਰਦਾ? ਹਾਂਜੀ ਭਾਜੀ, ਰਾਤੀ ਮੈਂ ਮੋਟਰ ਦਾ ਬਟਨ ਚੁੱਕਣ ਗਿਆ ਵਾ, ਮੈਂ ਕਿਹਾ ਪਾਣੀ ਵਗ ਵਗ, ਉਹ ਸਾਰੀ ਮੋਟਰ ਨੇ ਪਾਣੀ ਬਾਹਰ ਸੁੱਟਿਆ, ਮੈਂ ਬਟਨ ਚੁੱਕਿਆ ਵਾ, ਸਿਰਫ ਵਾਈਫਾਈ ਦਾ ਬਟਨ ਚੁੱਕਿਆ ਗਿਆ, ਇਹ ਚਲਾਉਣ ਡਿਆ ਸੀ ਮੋਬਾਈਲ, ਭਾਜੀ ਆ ਵੇਖੋ ਮੇਰੇ ਲੱਕ 'ਚ 33-4 ਰੋੜੀ ਆ। ਵਾਈਫਾਈ ਬੰਦ ਕਰਤਾ ਤੇਰਾ? ਹਾਂਜੀ। ਇਹ ਵਾਈਫਾਈ ਵੀ ਚਲਾਉਂਦਾ? ਵਾਈਫਾਈ ਵੀ ਚਲਾਉਂਦਾ ਭਾਜੀ। ਆਈਡੀ ਬਣਾਈ ਆ ਇੰਸਟਾਗ੍ਰਾਮ ਦੀ ਟੀਪੂ ਸਿੰਘ ਦੇ ਨਾਮ ਤੋਂ। ਲੈ ਟੀਪੂ ਸਿੰਘ। ਹਾਂਜੀ ਭਾਜੀ। ਤੇ ਫਿਲਮਾਂ ਨਹੀਂ ਰੱਖਣੀਆਂ ਹੁੰਦੀਆਂ ਜਦੋਂ ਬੋਰੀਅਤ ਹੁੰਦੀ ਰਾਤ ਨੂੰ? ਲਓ ਉਹ ਯਾਰ ਇਹਨੂੰ ਛੱਡੋ, ਤੁਸੀਂ ਕਿਤੇ ਕਿਹੜੇ ਹਿਸਾਬ 'ਚ ਫਸ ਗਏ? ਉਹ ਛੱਡਣਾ ਕੀ ਆ, ਨਲਾਇਕ ਨੇ ਫੜ ਲਿਆ, ਤੁਸੀਂ ਇਹਨੂੰ ਇਹ ਭੁਗਤੇ ਨਾ, ਏਡਾ ਮਾੜਾ ਅਗਵਾਹ ਕਰ ਰਿਹਾ, ਇਹਨੂੰ ਇੱਕ ਵਾਰੀ ਕਿਹਾ ਸਕੂਲੋਂ ਬੱਚਾ ਅਗਵਾਹ ਕਰਨਾ, ਧਿਆਨ ਨਾ ਜਾਈ। ਉਹ ਬੱਚਾ ਕਿੰਨੇ 3 ਸਾਲ ਦਾ ਬੱਚਾ ਵਾ, ਉਹਨੂੰ ਚੁੱਕਣਗੇ, ਉਹਨੇ ਇਸ ਕਿਸਮ ਦੀ ਇੱਥੇ ਦੰਦੀ ਵੱਢੀ ਆ, ਆਹ ਪਸੀਨਾ ਭਰਾਈਆਂ ਹੋਈਆਂ ਵਾ ਸਾਰੀਆਂ 'ਚ। ਕਿੱਥੇ ਉਹ? ਮੈਂ ਆਪੇ ਮਾਰ ਦਿੰਦਾ, ਆ ਲੈ ਤੂੰ ਤਸੱਲੀ ਕਰ ਮਾਰਤੇ, ਇਹਨਾਂ ਨੂੰ ਪੈਣੀ ਚਾਹੀਦੀ ਕਿਉਂ? ਉਹਨੂੰ ਮੈਂ ਕਿਹਾ ਕੱਲ੍ਹ ਮੈਨੂੰ ਮੇਰਾ ਪੀਜ਼ਾ ਖਾਣ ਨੂੰ ਦਿਲ ਕਰਦਾ। ਕੀ ਖਾਣ ਨੂੰ? ਪੀਜ਼ਾ। ਪੀਜ਼ਾ? ਹਾਂਜੀ ਪੀਜ਼ਾ ਖਾਂਦਾ ਜੀ। ਤੇ ਮੈਂ ਕਿਹਾ ਚਿਕਨ ਵਾਲਾ ਪੀਜ਼ਾ ਲਿਆ ਤੇ ਵੈਜੀਟੇਬਲ ਲੈ, ਮੈਂ ਫਿਰ ਕਿੱਕਾਂ ਮਾਰੀਆਂ। ਓਏ ਤੂੰ ਗਵਾਹ ਹੋਇਆ ਵਾ, ਤੂੰ ਗਵਾਹ ਹੋਇਆ ਵਾ, ਮਕਲਾਵੇ ਤੇ ਨੀ ਆਇਆ ਤੂੰ ਬੋਟੀ ਦੇ ਨਾਲ? ਤੇ ਫਿਰ ਚੀਜ਼ਾਂ ਕਿਉਂ ਨੀ ਮੈਨੂੰ ਖਵਾਉਂਦੇ? ਸਹੀ ਸਹੀ ਇਹ ਘਰ ਦਮਾਦ ਅਗਵਾਹ ਕਰ ਜੀ। ਟੂਟੀ ਫਰੂਟੀ ਖਾਧੀਆਂ ਨੂੰ ਮੈਨੂੰ 2 ਮਹੀਨੇ ਹੋ ਗਏ ਨੇ, ਮੈਂ ਟੂਟੀ ਫਰੂਟੀ ਵੀ ਨੀ ਖਾਧੀ ਇੱਥੇ। ਅਸੀਂ ਵੀ ਟੂਟੀ ਸੁੱਕੀ ਖਾਂਦੇ ਆ ਜੀ, ਅਚਾਰ ਨਾਲ ਰੋਟੀ ਅਸੀਂ ਖਾਂਦੇ ਆ। ਕਹਿੰਦਾ ਚਿਕਨ ਫਜੀਤਾ ਲਿਆ ਦਿਓ ਮੈਨੂੰ। ਤੁਸੀਂ ਇਦਾਂ ਕਰੋ, ਇਹਨੂੰ ਘਰ ਛੱਡ ਕੇ ਨਾ ਆਪ ਦਫਾ ਹੋ ਜਾਓ ਕਿਤੇ, ਆਪੇ ਹੀ ਇਧਰ ਚੱਲ ਨਿਕਲ ਨੁਕਲ ਜਾਏਗਾ। ਦਫਾ ਹੋਵੇ, ਮੈਂ ਕਹੋ ਦਫਾ ਹੋ। ਨਲੈਕ ਉਹ ਤੂੰ ਬੋਲਣਾ ਕਿਉਂ ਨੀ ਮੁੜਦਾ? ਕਿੱਥੇ ਹੈ ਜਾਨੀ ਸਾਹਿਬ? ਸੁਬਹਾ ਸੁਬਹਾ ਨਿਹਾਰ ਕਾਲਜ ਨਿਕਲੇ ਆ, ਡਕੇਤੀ ਨੂਰਾਂ ਪੀਰਾਂ ਦਾ ਟਾਈਮ, ਮੈਂ ਕਿਹਾ ਯਾਰ ਬਿਸਮਿਲਾ ਦਾ ਟਾਈਮ ਆ, ਚੱਲ ਚੱਲੀਏ, ਮੋਟਰਸਾਈਕਲਾਂ ਸਾਡੀਆਂ ਖਰਾਬ। ਅੱਛਾ ਡਕੇਤੀ ਕਰਨ ਚੱਲੇ ਨੇ, ਬਿਸਮਿਲਾ ਦਾ ਟਾਈਮ ਆ, ਸਾਡਾ ਕੰਮ ਆ, ਸਾਡਾ ਪੈਸ਼ਨ ਆ। ਗੁੱਡ ਗੁੱਡ, ਠੀਕ ਆ ਸਾਡੀ, ਸਹੀ ਹੋ ਗਿਆ। ਅਤੇ ਮੈਂ ਕਿਹਾ ਯਾਰ ਚਾਚਾ ਜਾ ਕੇ ਰਕਸ਼ਾ ਕਰਾ ਲਿਆ, ਵੱਡਾ ਵਾ ਮੈਂ ਕਿਸੇ ਨੂੰ ਹਾਸੇ ਚਾਚਾ ਵੀ ਕਹਿੰਦਾ, ਰਕਸ਼ਾ ਕਰਾਉਣਗੇ ਉਹਨੂੰ ਸਿੱਧਾ ਦੱਸਣ ਡਿਆ ਡਕੇਤੀ ਕਰਨ ਜਾਣਾ ਕਿੰਨੇ ਪੈਸੇ ਲੈ। ਇਹ ਨੌ ਮਲੂਦ ਅਗਵਾਹ ਕਰ ਰਿਹਾ ਜੀ, ਇਹਨਾਂ ਨੂੰ ਪਤਾ ਕਿ ਉਹਨੂੰ ਕੰਮ ਦੇ ਕੱਚੇ ਆ, ਇਹ ਡਕੇਤੀ ਕਰਨ ਜਾਣਾ ਕਿੰਨੇ ਪੈਸੇ ਪੁੱਛਣਾ ਪੈਂਦਾ ਭਰਾਵਾ, ਕੀ ਕਰੀਏ ਹੁਣ? ਭਾਵੇਂ ਮੇਰੀਆਂ ਸ਼ਿਕਾਇਤਾਂ ਜਿਹੜੀਆਂ ਮੈਂ ਕਿਹਨੂੰ? ਓਏ ਤੂੰ ਸ਼ਿਕਾਇਤਾਂ ਤੇਰੀਆਂ ਕਿਹੜੀਆਂ? ਮਰੇ ਤੂੰ ਉਹਨਾਂ ਨੂੰ ਲੁੱਟ ਕੇ ਖਾ ਗਿਆ, ਅੱਲਾ ਮਾਫੀ ਦੇਵੇ। ਇਹ ਮੈਨੂੰ ਲੱਗਦਾ ਤੁਸੀਂ ਬੰਦਾ ਅਗਵਾਹ ਕਰਕੇ ਉਹਦੇ ਕੋਲੋਂ ਪੈਸੇ ਮੰਗਦੇ ਨਾ, ਇਹ ਅਗਵਾਹ ਹੋ ਕੇ ਬਾਅਦ ਵਿੱਚ ਪੈਸੇ ਮੰਗਦਾ, ਅਗਲੇ ਜਾਨ ਨਹੀਂ ਛੱਡਦਾ ਅਗਲੇ ਦੀ। ਸਹੀ ਗੱਲ, ਮੈਂ ਇਕੱਲਾ ਭਾਵੇਂ ਬੋਰ ਹੁੰਦਾ ਰਹਿੰਦਾ। ਅੱਛਾ ਹੁਣ ਤੇਰਾ ਕੀ ਹਿਸਾਬ ਆ, ਤੂੰ ਹਿਸਾਬ ਕਿੰਨੇ ਪੈਸੇ ਤੁਸੀਂ ਮੰਗੇ ਸੀ? 5 ਲੱਖ ਰੁਪਇਆ। 5 ਲੱਖ? ਤੁਸੀਂ ਘੁੱਟ ਕਰੋ ਪਿਓ ਨੂੰ, ਕਹੋ ਯਾਰ ਚੱਲ 2.5 ਦੇ ਦੇ, 2 ਦੇ ਦੇ, 1.5 ਦੇ ਦੇ। ਇਹਦੇ ਪਿਓ ਨੂੰ? ਇਹ 11 ਭਰਾ ਨੇ, 11 ਦੇ 11 ਮਸਤ ਨੇ ਭਾਜੀ। ਭਾਜੀ ਮੈਂ ਤੇ ਇਹਨਾਂ ਨੂੰ ਮਸ਼ਵਰਾ ਵੀ ਦਿੱਤਾ ਇੱਕ। ਕੀ? ਮੈਂ ਕਿਹਾ ਤੁਸੀਂ ਮੇਰਾ ਛੋਟਾ ਭਰਾ ਵੀ ਗਵਾਹ ਕਰ ਲਓ। ਉਹ ਕਿਉਂ? ਅਸੀਂ ਘਰ 'ਚ ਮੈਂ ਇਕੱਲਾ ਹੁੰਦਾ, ਮੈਂ ਘਰ 'ਚ ਫਿਰ ਦੋਵੇਂ ਹੋਵਾਂਗੇ, ਦਿਲ ਲੱਗਾ ਰਹੇਗਾ ਜ਼ਰਾ। ਲੈ ਪਾਲਕ ਮਗ ਵੀ ਬਣਨਾ ਚਾਹੁੰਦੇ ਨੇ ਘਰ, 2 ਚਿੜੀ ਛਿੱਕੇ। ਉਹ ਭਾਈ ਜਾਨੀ ਸਾਹਿਬ, ਜਿੱਦਣ ਇਹਨੂੰ ਗਵਾਹ ਕਰਕੇ ਲਿਆਂਦਾ ਸੀ ਨਾ,
ਇਹਦਾ ਖਜੂਰ ਵਰਗਾ ਮੂੰਹ ਸੀ, ਹਬਸੀਆਂ ਦਾ ਬੱਚਾ ਲੱਗਦਾ ਸੀ। ਇਹ ਦੇਖੋ ਪੰਜ ਮਹੀਨਿਆਂ ਛੇ ਮਹੀਨਿਆਂ 'ਚ ਕੀ ਹਾਲ ਹੋ ਗਿਆ ਯਾਰ। ਇਹ ਤਾਂ ਤੁਹਾਡੀ ਸਵਾਦ ਦੀਦੀ ਹੈ ਨਾ, ਚਲੋ ਤੁਸੀਂ ਅਗਲੇ ਮਸਤ ਬੱਚਾ। ਸਵਾਦ ਦੀਦੀ ਕਾਹਦੀ, ਉਹ ਦੁੱਧ ਵਾਲਾ ਸਵੇਰੇ 7 ਵਜੇ ਆਉਂਦਾ, 2:30 ਕਿਲੋ ਦੁੱਧ ਪਵਾ ਕੇ ਮਿਲਕ ਸ਼ੇਕ ਬਣਾ ਕੇ ਉਹਨੂੰ ਗਰਮ ਕਰਕੇ ਨਾਲ ਇਹਨੇ ਬ੍ਰੈਡ ਖਾ ਜਾਂਦਾ। ਖਾਤਾ ਇਹਨੇ ਸਾਡੇ ਸਾਡੇ ਖਾਤੇ 'ਚੋਂ ਕਰਿਆਨੇ ਵਾਲੇ ਕੋਲ ਪੈਸੇ ਲੈ ਜਾਂਦਾ। ਤੁਹਾਨੂੰ ਮਸ਼ਵਰਾ ਕਿਹਨੇ ਦਿੱਤਾ ਸੀਗਾ? ਆਹ ਨਲਾਇਕ ਨੇ। ਆਹ ਯਾਰ ਤੂੰ ਫੇਰ ਬੋਲਦਾ, ਤੂੰ ਹੈ ਕਿ 2-3 ਦਿਨ ਹੋ ਗਏ ਨੇ ਭਾਈ, ਮੇਰੇ ਕਾਜੂ ਵੀ ਖਤਮ ਹੋਏ। ਕੀ ਖਤਮ ਹੋਇਆ? ਕਾਜੂ ਉਹ ਕਾਜੂ ਕਿੱਥੇ ਨਾਲ ਕਹਿੰਦੇ ਆ ਤੂੰ ਕਾਜੂ? ਇੱਥੇ ਆਪ ਵਿਚਾਰੇ ਸੁੰਡ ਦੇ ਛੋਰੇ ਨਾਲ ਰੋਟੀ ਖਾਣ ਡਿਆ, ਤੈਨੂੰ ਕਾਜੂਆਂ ਦੀ ਪਈ ਹੈ। ਜਾਨੀ ਸਾਹਿਬ ਉਹਨਾਂ ਦੇ ਨੈਣ ਨਕਸ਼ ਦਾ ਦੇਖ ਕੀ ਹਾਲ ਹੋਇਆ ਉਹਨਾਂ ਦਾ। ਅੱਛਾ ਯਾਰ, ਸੁੰਡ ਦਾ ਛੋਰਾ ਕਿਹੜਾ ਹੁੰਦਾ ਹੈ? ਓਏ ਤੂੰ ਹੁਣ ਕਿੱਦਾਂ, ਅਗਰ ਤੂੰ ਜਾਣਾ ਹੋਵੇ ਵਾਪਸ ਤੇ ਕੀ ਹਿਸਾਬ ਕਿਤਾਬ ਆ? ਕਿੱਦਾਂ ਕਿਉਂ ਨਹੀਂ ਜਾਂਦਾ ਤੂੰ? ਸਾਰੀ ਜ਼ਿੰਦਗੀ ਇੱਥੇ ਤਾਂ ਨਹੀਂ ਨਾ ਰਹਿਣਾ ਹੁਣ? ਮੈਨੂੰ 2 ਲੱਖ ਦੇ ਕੇ ਆਜ਼ਾਦ ਕਰ ਦੇ। ਲੈ ਇਹ ਮੈਂ ਆਪਣੇ ਘਰ ਖੁਸ਼ ਤੇ ਆਪਣੇ ਘਰ। ਯਾਰ ਗੁੱਡ, ਯਾਰ ਗੁੱਡ, ਤੁਸੀਂ ਅਗਵਾ ਕੀਤਾ ਨਾ ਬੇਟਾ, ਉਹਨੇ ਤੁਹਾਨੂੰ ਕੀਤਾ ਵਾ। 2 ਲੱਖ ਦੇ ਕੇ ਅਸੀਂ ਇਹਨੂੰ ਛੱਡੀਏ? ਹੋਏ 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 ਹੋਏ, 2 ਲੱਖ ਰੁਪਏ ਦੇ ਕੇ ਉਹਨੂੰ ਆਜ਼ਾਦ ਕਰ ਦਿਓ ਤੇ ਰਹਿਮ ਕਰ ਦਿਓ ਹਨਾ। ਜ਼ਖਮ ਬਹੁਤਾ ਸਾਫ਼ ਨਾ ਕਰ, ਜ਼ਖਮ ਸਾਫ਼ ਨਾ ਕਰ ਬਹੁਤਾ, ਸਾਫ਼ ਹੋ ਜਾਣਾ ਹੀ। ਨਾਲ ਮੈਂ ਫਰਨੀਚਰ ਵੀ ਲੈ ਕੇ ਜਾਣਾ। ਇਹਨੂੰ 2 ਲੱਖ ਰੁਪਏ ਨਕਦੀ ਦੇ ਦਿਓ ਤੇ 3 ਮਹੀਨਿਆਂ ਦੀਆਂ ਤਨਖਾਹਾਂ ਦੇ ਦਿਓ, ਠੀਕ ਆ? ਫਰਨੀਚਰ ਤੋਂ ਯਾਦ ਆਇਆ, ਕਹਿੰਦਾ ਮੈਨੂੰ ਸਪਰਿੰਗਾਂ ਵਾਲਾ ਬੈੱਡ ਲਿਆ ਕੇ ਦਿਓ। ਜਨ ਸਾਹਿਬ ਉਹ ਮੈਟਰਸ ਹੁੰਦਾ ਡਾਕੂ? ਓਏ ਉਹ ਹੀ ਆ ਯਾਰ, ਮੈਨੂੰ ਤੇ ਨਾਮ ਹੀ। ਇਹਨੂੰ ਪੁੱਛੋ ਨਾ ਆ ਚੰਗਾ ਪੀਜ਼ਾ ਕਿੱਥੋਂ ਲੱਭਦਾ, ਦੱਸੂਗਾ ਉਹ ਚੰਗਾ ਪੀਜ਼ਾ ਕਿੱਥੋਂ ਲੱਭਦਾ ਈ। ਕੋਨੂਰ ਸਿਟੀ ਚ। ਤੇ ਤੇਰਾ ਘਰ ਕਿੱਥੇ ਆ? ਉਹ ਨਹੀਂ ਮੈਨੂੰ ਪਤਾ। ਜਾਨੀ ਸਾਹਿਬ ਪੀਜ਼ਿਆਂ ਦਾ ਤੈਨੂੰ ਪਤਾ ਕਿੱਥੋਂ ਲੱਭਦਾ? ਉਹ ਖਾਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ, ਬੜਾ ਮਜ਼ਾ ਆਉਂਦਾ। ਭਾਜੀ ਮੈਂ ਹਿਸਾਬ ਲਾ ਲਿਆ, ਇਹਦੇ ਸਾਰੇ ਘਰ ਦੇ ਪਿੱਛੋਂ ਵੀ ਉਹਨਾਂ ਨੇ ਇਹ ਮਸਲੇ ਇਸੇ ਤੋਂ ਰੱਖਿਆ। ਇਹ ਬਾਹਰ ਰਾਤ ਨੂੰ ਇਹੋ ਜਿਹੇ ਨੂੰ ਕੱਢ ਦਿੰਦੇ ਆ, ਅਗਵਾਹ ਕਰ ਲੈ, ਅੱਗੋਂ ਅਗਵਾਹ ਹੋ ਕੇ ਚਲੇ ਜਾਂਦੇ ਨੇ ਇਹੋ ਜਿਹੇ, ਅੱਗੋਂ ਇਹਨਾਂ ਦਾ ਫਿਰ ਆਪਣਾ ਕੰਮ ਸ਼ੁਰੂ ਹੁੰਦਾ। ਉਹ ਡਰਦਾ ਵੀ ਨਹੀਂ ਭਾਜੀ ਕਿਸੇ ਗੱਲ ਤੋਂ ਨਾ, ਕਿਸੇ ਸ਼ਹਿਰ ਤੋਂ ਡਰਦਾ। ਸਾਡੇ ਘਰ ਚੋਰ ਆ ਗਏ, ਉਹਨਾਂ ਨੇ ਸਾਰਾ ਘਰ ਫੋਲਿਆ, ਕੱਖ ਨਹੀਂ ਲੱਭਾ। ਓਏ ਉਹ ਜਾਣ ਲੱਗੇ, ਉਹਨਾਂ ਦੇ ਮੂਹਰੇ ਚੋਂ ਬਾਹ ਫੜ ਲਿਆ, ਕਹਿੰਦਾ ਬੈੱਡ ਥੱਲੇ ਤੇ ਵੇਖੋ 25,000 ਰੁਪਇਆ ਪਿਆ ਜੀ। ਬੈੱਡ ਥੱਲੇ ਕਦੋਂ ਪਿਆ ਸੀ? ਮਨ ਘੜਾ ਨਹੀਂ ਹੁੰਦਾ ਉਹਦੇ ਥੱਲੇ, ਜਿਹੜਾ ਟਾਇਰ ਹੁੰਦਾ ਉਹਦੇ ਵਿੱਚ ਟੋਇਆ ਕੱਢ ਕੇ ਇਹਨੇ ਦੱਬੇ ਸੀ। ਓਏ ਉੱਥੇ ਦੱਬੇ ਸੀ? ਖਰਾਬ ਹੀ ਹੋਣੇ ਸੀ। ਏਡਾ ਜ਼ਹੀਨ ਮਸਤ ਮੈਂ ਨੀ ਵੇਖਣਾ। ਬਾਕੀ ਉਹਨੂੰ ਜ਼ਿਆਦਾ ਨਲਾਇਕ ਹੈ ਬੰਦਾ ਵਾ। ਇੱਕ ਵਾਰੀ ਅਸੀਂ ਡਕੈਤੀ ਕਰਨ ਗਏ ਆ ਤੇ ਡਕੈਤੀ ਬੜਾ ਸੋਹਣਾ ਗੇਟ ਲੱਗਾ, ਮੈਂ ਕਹਿੰਦਾ ਤਾਲਾ ਤੋੜ, ਤਾਲਾ ਹੀ ਟੁੱਟਿਆ ਤੇ ਬੂਹਾ ਖੜਕਾ ਰਿਹਾ ਅੰਦਰ ਔਰਤ ਦੀ ਆਵਾਜ਼ ਇੱਕ, ਕਹਿੰਦੀ ਕੌਣ? ਕਹਿੰਦਾ ਬਾਜੀ ਅਸੀਂ ਲੁੱਟਣ ਵਾਲੇ। ਖੁਦਾ ਇਹ ਤਾਂ ਖੋਲਣਗੇ ਬੂਹਾ। ਓਏ ਮਸਤਾ ਤੂੰ ਅਗਵਾ ਹੋਇਆ ਵਾ, ਤੂੰ ਹੁਣ ਚੱਲ ਨਹੀਂ ਕੁਛ ਦੇਣਾ, ਤੂੰ ਘਰ ਤੇ ਜਾ। ਉਹ ਏਡੀ ਮੁਸ਼ਕਲ ਤੈਨੂੰ ਉਹਨਾਂ ਨੇ ਗਵਾਹ ਕੀਤਾ? ਮੈਨੂੰ ਆਪਣੇ ਘਰ ਦਾ ਪਤਾ ਹੀ ਨਹੀਂ, ਮੈਂ ਕਿੱਥੇ ਜਾਣਾ? ਉਹਨਾਂ ਦਾ ਕੀ ਕਸੂਰ ਹੈ ਜਿਨ੍ਹਾਂ ਨੇ ਗਵਾਹ ਕੀਤਾ ਤੈਨੂੰ? ਗਵਾਹ ਕਰਕੇ ਮੁਸੀਬਤ 'ਚ ਫਸ ਗਏ ਵਿਚਾਰੇ ਮਸਕੀਨ ਗਵਾਹ ਕਾਰਨ। ਹੈ ਇਹਨਾਂ ਨੂੰ ਜਾਂਚ ਨਹੀਂ ਹੈਗੀ ਕੰਮ ਦੀ, ਜਾਓ ਪੁੱਤਲੇ ਜੇ ਕੰਮ ਸਿੱਖ ਕੇ ਆਓ। ਹਾਂ ਸਹੀ ਗੱਲ। ਉਹ ਮੈਂ ਤਾਂ ਸਿੱਖਿਆ, ਮੈਂ ਮੈਰਿਟ ਤੇ ਆਇਆ ਵਾਂ, ਪੂਰੇ ਨੰਬਰ ਲੈ ਕੇ ਡਾਕਟਰ। ਤੂੰ ਉਹਦੇ ਨਾਲ ਹੀ ਸੀ, ਉਹਦੇ ਨਾਲ ਨਹੀਂ ਸੀ ਤੂੰ? ਮੈਂ ਪਿੱਛੇ ਚੌਂਕ 'ਚ ਖੜਾ ਸੀਗਾ। ਉਹ ਕਿਹੜੇ ਮੈਰਿਟ ਤੋਂ? UC 75 ਦਾ ਤੂੰ ਅਗਵਾਹਕਾਰ ਆ। ਇਹਨੂੰ ਸ਼ਦਾਈ ਨੂੰ ਪੁੱਛਿਆ ਮੈਂ ਕਿ ਤੂੰ ਕੀ ਕਰਦਾ? ਕਹਿੰਦਾ ਮੈਂ ਅਗਵਾਹ ਹੁੰਦਾ। ਇਹ ਤਾਂ ਸੀਜ਼ਨ ਲਾਉਣ ਡਿਆ ਆਪਣਾ ਭਾਈ ਗਵਾਹੀ ਦਾ। ਅੱਛਾ ਯਾਰ ਹੁਣ ਤੇਰਾ ਕੀ ਹਿਸਾਬ ਆ? ਮੇਰਾ ਨਾਮ ਅੱਛਾ, ਤੈਨੂੰ ਮੇਰੀ ਗੱਲ ਸੁਣ, ਤੈਨੂੰ ਕੋਈ ਡਰ ਲੱਗਦਾ ਕਦੀ ਇਹਨਾਂ ਦੀ? ਤੈਨੂੰ ਦਹਿਸ਼ਤ ਦੂਸ਼ਣ ਤੋਂ ਡਰ ਨਹੀਂ ਕਿਸੇ ਚੀਜ਼ ਕੋਲ ਲੱਗਦਾ? ਇਹਨਾਂ ਕੋਲ ਕੀ ਵਿਚਾਰਿਆਂ ਦੇ ਮੂੰਹ ਹੀ ਮੰਗੇ ਨਾ ਲਿਆ ਵਰਗੇ। ਤੈਨੂੰ ਕਿਸੇ ਕੋਲ ਡਰ ਲੱਗਦਾ? ਕਿਸੇ ਕੋਲੋਂ? ਹਾਂ ਮੈਨੂੰ ਡਰ ਲੱਗਦਾ। ਕਿਹਦੇ ਕੋਲ? ਮੈਨੂੰ ਸੱਪ ਕੋਲੋਂ, ਸ਼ੇਰ ਕੋ, ਕੀੜੀ ਕੋਲੋਂ। ਕੀੜੀ ਕੋ ਮੈਨੂੰ ਬੜਾ ਡਰ ਲੱਗਦਾ। ਸ਼ੇਰ ਕੋ ਨਹੀਂ ਲੱਗਦਾ? ਸ਼ੇਰ ਕੋ ਕਾਹਦਾ ਡਰ ਨਾ? ਕਿਉਂ? ਉਹ ਤੇ ਪਿੰਜਰੇ 'ਚ ਹੁੰਦਾ। ਤੇ ਕੀੜੀ? ਕੀੜੀ ਦਾ ਕੀ ਪਤਾ ਲੱਗਦਾ ਕਿੱਧਰੋਂ ਆ ਜਾ? ਓਏ ਤੂੰ ਕਿਹੜੇ ਜਾਨਵਰ ਦਾ ਨਾਂ ਕੀੜੀ ਰੱਖਿਆ ਹੋਇਆ, ਆ ਕੇ ਹਮਲਾ ਕਰ ਦੇਵੇ। ਜਾਨੀ ਸਾਹਿਬ ਅਸੀਂ ਜਦੋਂ ਘਰ ਹੁੰਦੇ ਹਾਂ ਨਾ, ਜਦੋਂ ਅਸੀਂ ਕੋਈ ਘਰ ਹਰਕਤ ਕਰਦੇ ਹਾਂ, ਕੋਈ ਲੜਾਈ ਝਗੜਾ ਕਰਦੇ ਹਾਂ, ਸਾਡਾ ਬਜ਼ੁਰਗ ਉੱਠ ਕੇ ਕਹਿੰਦਾ ਓਏ ਚੁੱਪ ਕਰ ਜੋ, ਮਸਤ ਆ ਗਿਆ, ਅਸੀਂ ਚੁੱਪ ਕਰ ਜਾਈਦਾ। ਭਾਜੀ ਸਾਡੇ ਘਰ ਫੋਨ ਕਰਕੇ ਸਾਡੇ ਘਰਦਿਆਂ ਨੂੰ ਕਹਿੰਦਾ ਇਹਨੂੰ ਕੋਈ ਪੈਸੇ ਮੁੱਕ ਗਏ ਆ, ਹੋਰ ਪੈਸੇ ਭੇਜੋ। ਇੱਦਾਂ ਦਾ ਮਸਤ ਸਾਨੂੰ ਟੱਕਰਿਆ, ਭਾਜੀ ਸਾਡੀ ਜਾਨ ਛਡਾ ਦਿਓ। 2 ਲੱਖ ਰੁਪਏ ਦਿਓ, ਚਲੋ ਜਾਨ ਛਡਾਓ ਯਾਰ। ਗੱਲ ਨੂੰ ਟੱਕ ਲੱਗਣ ਦਿਓ ਕਿਸੇ ਨਾ ਕਿਸੇ ਤਰੀਕੇ ਨਾਲ। ਯਾਰ ਤੁਸੀਂ ਉਹਨਾਂ ਨੂੰ ਗਵਾਹ ਕੀਤਾ ਵਿਚਾਰੇ ਨੂੰ, ਉਹਨੂੰ ਦਿਓ 2 ਲੱਖ ਰੁਪਈਆ। ਜਾਨੀ ਸਾਹਿਬ ਮੈਂ ਆਲਾ ਤਲੀਮ ਯਾਫਤਾ ਡਾਕੂ ਆ, ਮੈਰਿਟ ਤੇ ਭਰਤੀ ਆ, ਪੂਰੇ ਨੰਬਰ ਲਏ ਆ, ਮੈਂ ਕਦੋਂ ਪੈਸੇ? 2 ਲੱਖ ਲਾਣਾ ਤਾਂ ਤੂੰ ਆਕਸਫੋਰਡ ਦਾ ਡਾਕੂ ਆ ਮਰੇ। ਇੱਧਰ ਕਿੱਦਾਂ? ਪਹਿਲੀ ਵਾਰੀ ਮੈਂ ਇੰਨੀ ਲੇਟ ਇੰਨੀ ਦੇਰ ਚ ਗਵਾ ਰਿਹਾ ਵਾਂ, ਨਹੀਂ ਤੇ ਮੈਂ 2-3 ਦਿਨਾਂ 'ਚ ਨਿਕਲ ਜਾਂਦਾ ਹੁਣ। ਸਾਨੂੰ ਵੀ ਪਹਿਲੀ ਗਵਾਹੀ ਤੋਂ ਪਤਾ ਲੱਗ ਗਿਆ ਵਾ ਵੀ ਇਸ ਕੰਮ 'ਚ ਕੁਛ ਨਹੀਂ। ਕੀ ਕਰਨਾ ਹੁਣ? ਡਾਕਟਰ ਅਜ਼ਰ ਨਾਲ ਸਾਹਿਬ, ਤੁਹਾਡੇ ਕੋਲ 2 ਲੱਖ ਰੁਪਈਆ ਹੈਗਾ? 2 ਲੱਖ ਰੁਪਈਆ ਔਖੇ ਸੌਖੇ ਕਰਕੇ ਦੋਵੇਂ ਭਰਾ ਚੁੱਪ ਕਰ, ਦੋਵੇਂ ਜਾਨ ਛੁੱਟਣ ਦੀ ਉਹ 2 ਲੱਖ ਰੁਪਈਏ ਦੇ ਵਿੱਚ ਭਾਜੀ ਦੇਵਾਂਗੇ ਅਸੀਂ 2 ਲੱਖ ਰੁਪਈਆ ਨੂੰ, ਕਿ ਜਾ ਇਹ ਸਾਡੀ ਜਾਨ ਛੱਡ ਦੇਵੇ। ਨਹੀਂ ਇਦਾਂ ਨਹੀਂ, ਜਾ ਤੁਸੀਂ ਦਿਓ ਹੀ ਨਾ ਮੁੜ ਕੇ।
हाँ तुसी मुकर जाओ भाई फिर साडा गवाह कादे काम आएगा। हाँ जानी साहब एक हल वा फिर असी असी 2 लाख रुपया इकट्ठा नहीं दे सकते। अच्छा तो माड़े डाकू ने नवा नवा काम शुरू किया सीगा ते पहला गवाह तो पहले ही फा ठीक है। मैं 1600 रुपया महीने का किस्ता बना के दे जावगा वो तुसी हुण एग्री करा दे। माशाल्लाह चौधरी कारपोरेशन तो लिया तुसी मस्त हुण गरीब गवाह कारना भाजी तुसी कोई सोचो जान छड़ाओ साडे। ओ नहीं 1600 रुपया महीना दा नहीं 2 लाख रुपया मंगन दिया बेचारा गवाह होया उतों एक तुसी जलील करन दिया। ना तुहाडा 2 लाख ना मेरा 1600 हुण गल मैं मुकदी मकाउण लगा 1650 च टक लवा दिओ साडा बस इहदे लवा दिओ मत्थे ते लवा दिओ इहदे। आ तेरे तां उहने लाते आ ना यार जी इदां तुसी काम करना ना ते तुसी इको मस ते इन्नी किस्तां करने अगो तुसी की खेत सुआत रखी करो कुछ भी नहीं करना सी बस 10,000 रुपया महीना तुसी देना वा 20 महीनों च 2 लाख रुपया वह भी उन्होंने मैं मनाना वा मेरी गरंटी से कर गल 10,000 रुपया महीना देना वा अगे तो किसी मसलू हाथ पाएगा। मैं कदों पाया मैंने तो गड्डी ने मार लिया गड्डी दसो यार ठीक है जानी साहब 10,000 रुपया महीना ओए मस्त जी 10,000 रुपया महीना तुम लैना इन्हों को मैं कह रहा ना चल मैं कह रहा कुछ कुछ नहीं यार नवा नवा काम सी बेचारे फस गए ने कोई नहीं माफी दे दे अगो मौका देना कुछ नहीं हुंदा अल्लाह फिर रिजक देने वाली अल्लाह की जात है तू सवेरे फिर अगवा हो जी कितने ना कितने की पता अल्लाह तेनों फिर कितने अगवा करे तो तू है कोई टेंशन नहीं जो तू जेन ही बनाया तो फिर तू होना ही होना अगवा ਓਏ ਅਜ਼ੀਮ ਕਾਰਪੋਰੇਸ਼ਨ ਵਾਲੇ ਦਾ ਮਸਤ ਲੈਂਦਾ ਹੀ ਪਰਚੀ ਬਣਾ ਦਿਆ ਕਰੀ ਪਰਚੀ ਆਹੋ ਆਹੋ ਨਹੀਂ ਉੱਥੇ ਮੁੰਚੀ ਹੈਗਾ ਉਹ ਤੁਹਾਨੂੰ ਪਰਚੀ ਬਣਾ ਦੇ ਯਾਨੀ ਕਿ ਅਗਵਾਹ ਹੋਣ ਵਾਲੀ ਫੈਕਟਰੀ ਬਣਾਈ ਹੈ ਤੁਸੀਂ ਮਸਤਾਂ ਦੀ ਹਾਂਜੀ ਜਾਨੀ ਸਾਹਿਬ ਹੁਣ ਸਾਡੀ ਜਾਨ ਕੋ ਚਲੇ ਜਾਏ ਓਏ ਉਹ ਚਲੇ ਜਾਗਾ ਤੁਸੀਂ ਜਾਓ ਲਓ ਜੀ ਨਾਜ਼ਰੀਨ ਮਸਲਾ ਇਹਨਾਂ ਦਾ ਹੱਲ ਹੋ ਗਿਆ 10,000 ਰੁਪਏ ਵੀ ਇਹਨਾਂ ਨੇ ਗਵਾਹ ਕੀਤਾ ਸੀ ਅਗਵਾਹ ਵਾਲੇ ਨੂੰ 10,000 ਰੁਪਏ ਮਹੀਨਾ ਦੇ ਕੇ ਤੇ ਜਾਂਚ ਅੱਗੇ ਤੋਂ ਬੇਟਾ ਕੰਮ ਸਿੱਖੋ ਠੀਕ ਹੈ ਤੇ ਕੰਮ ਕੋਈ ਸਵਾਦ ਦਾ ਕਰੋ ਮੈਂ ਤੇ ਮੈਰਿਟ ਤੇ ਆਇਆ ਵਾਂ 1000 ਨੰਬਰ ਪੂਰਾ ਲਿਆ ਵਾਂ ਓ ਯਾਰ ਤੂੰ ਮੇਰੇ ਮੈਰਿਟ ਤੇ ਆਇਆ ਜਾਂ ਤੂੰ ਮੋਟਰਸਾਈਕਲ ਤੇ ਆਇਆ ਮੈਨੂੰ ਇਹਦਾ ਕੋਈ ਭਾਰ ਨਹੀਂ ਕੰਮ ਤੁਸੀਂ ਗਲਤ ਕਰਦੇ ਆ ਹਰਾਮ ਕਮਾਈ ਆ ਦੇਖਿਆ ਦੇਖਿਆ ਲੈਣੇ ਤੇ ਮਸਤ ਪੈ ਗਏ ਪਤਾ ਨਹੀਂ ਕਿੰਨਾ ਲੋਕ ਗਵਾਹ ਕਰ ਜਿਹੜੇ ਐਡਰ ਮੀਰ ਬਣ ਜਾਂਦੇ ਆ। ਅੱਛਾ ਯਾਰ ਮਸਤ ਤੈਨੂੰ ਮਾਰਦਾ ਕਿਉਂ ਸੀ ਵੈਸੇ ਇਹ ਤੇ ਦੱਸ ਭੈਣ ਨੂੰ ਜਾਂਚ ਨਹੀਂ ਨਾ ਹੈਗੀ ਉਹ ਜਾਂਚ ਗਵਾਹ ਕਰ ਤੇ ਬੰਦੇ ਨੂੰ ਕੁੱਟਦੇ ਆ ਅੱਗੇ ਉਹਨੂੰ ਕਹਿੰਦੇ ਦੱਸ ਤੇ ਇਹ ਤੇ ਮੈਨੂੰ ਸਾਰੀਆਂ ਚੀਜ਼ਾਂ ਲਿਆ ਕੇ ਦਿੰਦੇ ਮੈਂ ਕਿਹਾ ਜਦੋਂ ਨੇਕ ਦੇ ਲਈ ਨੇ ਇਹਨਾਂ ਨੂੰ ਕੁੱਟੋ ਵੀ ਨਾਲ ਠੰਡ ਜੀ ਸੂਪ ਪਿਆਉਂਦਾ ਸੀ ਤੈਨੂੰ ਨਹੀਂ ਸੀ ਪਿਆਉਂਦੇ ਮੈਂ ਇਹਨਾਂ ਦੇ ਕੱਪੜੇ ਲਾ ਲੈਂਦਾ ਓਏ ਅਸੀਂ ਅਗਵਾਹ ਕਰਕੇ ਲਿਆਂਦਾ ਜਾਂ ਮਰਸਰੈਦ ਮਸ਼ੀਨ ਲਿਆਂਦੀ ਆ ਸਾਨੂੰ ਜਾਂਚ ਨਹੀਂ ਸੀ ਜਾਨੀ ਸਾਹਿਬ ਇੱਕ ਮਸਤ ਮੈਂ ਜਾਣ ਕੇ ਹੁਣ ਅਗਵਾਹ ਕਰਨਾ ਇਹਦੀ ਦੂਸਰੀ ਅੱਖ ਵੀ ਇਹਨੂੰ ਪੈਦਲ ਕਰਾਉਣਾ ਦੇਖੋ ਦੋਵਾਂ ਅੱਖਾਂ ਤੋਂ ਲਓ ਜੀ ਨਾਜ਼ਰੀਨ ਆਪਣਾ ਬਹੁਤ ਖਿਆਲ ਰੱਖਣਾ ਫਿਰ ਅਗਲੇ ਪ੍ਰੋਗਰਾਮ 'ਚ ਤੁਹਾਡਾ ਮੁਲਾਕਾਤ ਹੋਏਗੀ ਅੱਲਾ ਹਾਫਿਜ਼।